ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਕੀ ਹਾਲ ਚਾਲ ਨੇ ਤੁਹਾਡੇ? ਉਮੀਦ ਆ ਸਾਰੇ ਠੀਕ ਠਾਕ ਹੋਵੋਗੇ। ਅਤੇ ਅੱਜ ਆਪਾਂ ਗੱਲ ਕਰਾਂਗੇ ਨਾਰਵੇ ਦੀ PR ਦੇ ਬਾਰੇ। ਇਹਦੇ ਆਪਾਂ ਦੇਖ ਲੈਂਦੇ ਕੀ ਕੀ ਰੂਲ ਨੇ ਅਤੇ ਕੀ ਕੀ ਸ਼ਰਤਾਂ ਨੇ ਇਹਨਾਂ ਦੀਆਂ। ਅਤੇ ਨਾਰਵੇ ਦੀ PR ਦੇ ਰੂਲ ਬੜੇ ਜਟਲ ਕਹਿ ਸਕਦੇ ਹਾਂ ਆਪਾਂ, ਕਾਫੀ ਗੁੰਝਲਦਾਰ ਕਹਿ ਸਕਦੇ ਹਾਂ। ਜ਼ਿਆਦਾਤਰ ਤਾਂ ਇਹ ਡਿਪੈਂਡ ਕਰਦਾ ਵੀ ਤੁਸੀਂ ਕਿਹੜੀ ਕੰਟਰੀ ਤੋਂ ਆਏ ਹੋ, ਮੇਨ ਗੱਲ ਇਹ ਆ ਵੀ ਤੁਹਾਡੀ ਜਿਹੜੀ ਮਦਰਲੈਂਡ ਆ ਉਹ ਕਿਹੜੀ ਆ, ਅਤੇ ਦੂਸਰੀ ਮੇਨ ਗੱਲ ਆ ਜੀ ਤੁਹਾਨੂੰ ਨਾਰਵੇ ਵਿੱਚ ਰਹਿੰਦੇ ਨੂੰ ਕਿੰਨਾ ਸਮਾਂ ਹੋ ਗਿਆ, ਅਤੇ PR ਦੀ ਤੁਸੀਂ ਕਿਹੜੀ ਕੈਟਾਗਰੀ ਵਿੱਚ ਆਉਂਦੇ ਹੋ। ਅਤੇ PR ਲੈਣ ਵੇਲੇ ਤੁਹਾਨੂੰ ਇਹਨਾਂ ਦੀ ਸਾਈਟ 'ਤੇ ਜਾਣਾ ਪੈਂਦਾ, ਜਿਹੜੀ ਕਿ ਗੌਰਮੈਂਟ ਸਾਈਟ ਆ, UDI ਸਾਈਟ ਆ, ਉੱਥੇ ਜਾਣਾ ਤੁਸੀਂ, ਉੱਥੇ ਐਪਲੀਕੇਸ਼ਨ ਆਪਣੀ ਫਿਲ ਕਰਨੀ ਆ, ਅਤੇ ਜਿਹੜਾ ਕੋਈ ਪੁਲਿਸ ਸਟੇਸ਼ਨ ਤੁਹਾਡੇ ਨੇੜੇ ਆ ਉੱਥੇ ਜਾ ਕੇ ਤੁਸੀਂ ਆਪਣੇ ਪੇਪਰ ਸਬਮਿਟ ਕਰਨੇ ਆ, ਅਤੇ ਜਾਂ ਫਿਰ ਆਪਣੇ ਨੇੜਲੇ ਇਮੀਗ੍ਰੇਸ਼ਨ ਆਫਿਸ ਵਿੱਚ ਤੁਹਾਡੇ ਪੇਪਰ ਪਹੁੰਚਣਗੇ। ਅਤੇ ਹੁਣ ਆਪਾਂ ਗੱਲ ਕਰਦੇ ਹਾਂ ਵੀ ਇਹ ਕਿਹਨਾਂ ਨੂੰ PR ਦਿੰਦੇ ਹੈਗੇ, ਜਿਵੇਂ ਕਿ ਆਪਾਂ ਕਹਿ ਸਕਦੇ ਵੀ ਜਿਹੜੇ ਯੂਰਪ ਤੋਂ ਆਉਂਦੇ ਉਹਨਾਂ ਨੂੰ ਕਿਵੇਂ PR ਮਿਲਦੀ ਆ, ਅਤੇ ਜਿਹੜੇ ਯੂਰਪ ਤੋਂ ਬਾਹਰਲੀਆਂ ਕੰਟਰੀਆਂ ਤੋਂ ਆਉਂਦੇ ਆ ਉਹਨਾਂ ਨੂੰ PR ਕਿੱਦਾਂ ਮਿਲਦੀ ਆ, ਅਤੇ ਜਿਹੜੇ ਤਾਂ ਯੂਰਪ ਤੋਂ ਲੋਕ ਆਉਂਦੇ ਆ ਉਹਨਾਂ ਨੂੰ ਘੱਟੋ ਘੱਟ ਇੱਥੇ 5 ਸਾਲ ਰਹਿੰਦਿਆਂ ਨੂੰ ਹੋਣੇ ਚਾਹੀਦੇ ਆ, ਅਤੇ ਸਿਰਫ ਉਹੀ ਲੋਕ PR ਲਈ ਅਪਲਾਈ ਕਰ ਸਕਦੇ ਜਿਹੜੇ ਕਿ ਪਹਿਲਾਂ ਯੂਰਪ ਦੇ ਸਿਟੀਜ਼ਨ ਨੇਗੇ। ਅਤੇ ਜਿਹੜੇ ਨਾਲ ਪੇਪਰ ਲੱਗਣਗੇ ਉਹ ਲੱਗਣਗੇ ਜੀ, ਤੁਸੀਂ ਪਹਿਲਾਂ ਤਾਂ ਆਪਣੀ ID ਪਰੂਫ ਲਾਉਣਾ, ਅਤੇ ਜਿਹੜੇ ਮੁਲਕ 'ਚ ਤੁਸੀਂ ਰਹਿਣ ਵਾਲੇ ਹੋ ਉੱਥੇ ਦੇ ਪਾਪੂਲੇਸ਼ਨ ਦਾ ਜਿਹੜਾ ਆਪਣਾ ਹੁੰਦਾ ਗਾ ਰਜਿਸਟਰ ਉਹ ਦਿਖਾਉਣਾ ਵੀ ਅਸੀਂ ਉੱਥੇ ਰਹਿੰਦੇ ਹਾਂਗੇ, ਅਤੇ ਨਾਲ ਆਪਣੀ ਇਨਕਮ ਟੈਕਸ ਦੀ ਰਿਪੋਰਟ ਦਿਖਾਉਣੀ ਆ, ਅਤੇ ਇੱਕ ਤੁਸੀਂ ਜੇ ਇੱਥੇ ਘਰ ਜਿੱਥੇ ਰਹਿੰਦੇ ਹੋ ਅਤੇ ਉਹ ਘਰ ਦਾ ਕੰਟੈਕਟ ਵਗੈਰਾ ਉਹ ਦਿਖਾਉਣਾ, ਅਤੇ ਜਿੱਥੇ ਤੁਸੀਂ ਜੋਬ ਕਰਦੇ ਹੋ ਉੱਥੇ ਦੀ ਜੋਬ ਵਗੈਰਾ ਉਹ ਸ਼ੋਅ ਕਰਨੀ ਪੈਂਦੀ ਹੈ ਜੀ। ਇਹ ਤਾਂ ਸੀਗੇ ਜਿਹੜੇ ਲੋਕ ਯੂਰਪ ਤੋਂ ਆਉਂਦੇ ਆ ਉਹਨਾਂ ਦੀ ਇਮੀਗ੍ਰੇਸ਼ਨ ਕਿੱਦਾਂ ਹੁੰਦੀ ਹੈ, ਬੜੇ ਸੌਖੇ ਜਿਹੇ ਰੂਲ ਆ। ਪਰ ਹੁਣ ਆਪਾਂ ਗੱਲ ਕਰਦੇ ਹਾਂ ਜਿਹੜੇ ਯੂਰਪ ਤੋਂ ਬਾਹਰ ਆਉਂਦੇ, ਜਿਵੇਂ ਕਿ ਇੰਡੀਆ ਹੋ ਗਿਆ ਜਾਂ ਪਾਕਿਸਤਾਨ ਹੋ ਗਿਆ, ਜਿਹੜੀ ਤਾਂ ਇਹਨਾਂ ਦੀ ਮੇਨ ਸਰਤ ਆ, ਤੁਸੀਂ ਉਹਨੂੰ ਕਿੰਨਾ ਚਿਰ ਹੋ ਗਿਆ ਇੱਥੇ ਰਹਿੰਦਿਆਂ ਨੂੰ, ਜਿਵੇਂ ਯੂਰਪ ਦੇ ਲੋਕ ਤਾਂ 5 ਸਾਲ ਆ, ਅਤੇ ਜਿਹੜੇ ਯੂਰਪ ਤੋਂ ਬਾਹਰਲੀਆਂ ਕੰਟਰੀਆਂ ਦੇ ਅਤੇ ਉਹਨਾਂ ਲਈ ਇਹ ਸਮਾਂ ਥੋੜ੍ਹਾ ਜਿਹਾ ਘੱਟ ਆ, ਉਹ ਸਿਰਫ 3 ਸਾਲ ਆ। ਪਰ ਜਿੱਥੇ ਇਹ ਇੱਕ ਰਾਹਤ ਦੀ ਗੱਲ ਆ, ਉੱਥੇ ਦੂਜੀਆਂ ਕਈ ਸਖ਼ਤ ਸ਼ਰਤਾਂ ਵੀ ਨੇ ਜਿਹੜੀਆਂ ਕਿ ਯੂਰਪੀਅਨ ਲੋਕਾਂ ਲਈ ਨਹੀਂ ਬਲਕਿ ਯੂਰਪ ਤੋਂ ਬਾਹਰ ਤੋਂ ਆਉਣ ਵਾਲੇ ਲੋਕਾਂ ਲਈ ਨੇ। ਸਭ ਤੋਂ ਪਹਿਲਾਂ ਹੈ ਕਿ ਇਹਨਾਂ ਦੀ ਟਿਊਸ਼ਨ ਜਿਹੜੀ ਕਿ ਤੁਹਾਨੂੰ ਇੱਥੇ ਇਹਨਾਂ ਦੀ ਬੋਲੀ ਸਿੱਖਣ ਲਈ ਦਿੱਤੀ ਜਾਂਦੀ ਆ, ਉਹ 5 ਮੇਰੇ ਖਿਆਲ 'ਚ 500 ਤੋਂ 600 ਘੰਟੇ ਉਹ ਤੁਹਾਨੂੰ ਪੂਰੇ ਕਰਨੇ ਪੈਂਦੇ ਆ, ਅਤੇ ਇਹਨਾਂ ਦੀ ਬੋਲੀ ਸਿੱਖਣੀ ਪੈਂਦੀ ਆ। ਅਤੇ ਹੁਣ ਇਹਨਾਂ ਨੇ ਰੂਲ ਹੋਰ ਵੀ ਸਖ਼ਤ ਕਰਤੇ 2017 ਵਿੱਚ, ਤੁਹਾਨੂੰ ਇਹਨਾਂ ਦੀ ਬੋਲੀ ਦਾ ਲੈਵਲ 2, ਜਿਹੜਾ 2 ਨੰਬਰ ਲੈਵਲ ਆ ਉਹ ਪਾਸ ਕਰਨਾ ਜ਼ਰੂਰੀ ਆ, ਤਾਂ ਹੀ ਤੁਸੀਂ PR ਲਈ ਐਲੀਜੀਬਲ ਹੋ ਇੱਥੇ। ਅਤੇ ਦੂਸਰੇ ਨੰਬਰ 'ਤੇ ਆਉਂਦਾ ਜੀ ਇਹਨਾਂ ਦਾ ਸੱਭਿਆਚਾਰ। ਸੱਭਿਆਚਾਰ ਵੀ ਇੱਥੇ ਦਾ ਇੱਕ ਇਹਨਾਂ ਨੇ ਜ਼ਰੂਰੀ ਕਰਤਾ ਵੀ, ਉਹਦੀ ਵੀ ਤੁਹਾਨੂੰ ਪੜ੍ਹਾਈ ਕਰਨੀ ਪੈਣੀ ਆ, ਉਹਦਾ ਪੇਪਰ ਤੁਹਾਨੂੰ ਪਾਸ ਕਰਨਾ ਪੈਣਾ। ਪਰ ਕੁਝ ਕੇਸਾਂ ਦੇ ਵਿੱਚ ਉਹ ਮਾਫ਼ ਵੀ ਹੋ ਜਾਂਦਾ, ਉਹ ਡਿਪੈਂਡ ਕਰਦਾ ਵੀ ਤੁਹਾਡਾ ਕਿਸ ਤਰ੍ਹਾਂ ਦਾ ਕੇਸ ਆ, ਤੁਸੀਂ ਕਦੋਂ ਨਾਰਵੇ 'ਚ ਆਏ ਅਤੇ ਤੁਹਾਡੀ ਕਿੰਨੀ ਕੁ ਐਜੂਕੇਸ਼ਨ ਆ, ਤੁਸੀਂ ਇੱਥੇ ਕੋਈ ਪੜ੍ਹਾਈ ਕੀਤੀ ਆ, ਉਹ ਡਿਪੈਂਡ ਕਰਦਾ ਤੁਹਾਡੇ ਕੇਸ 'ਤੇ ਜੀ। ਅਤੇ 3 ਸਾਲਾਂ ਬਾਅਦ ਜੋ ਤੁਸੀਂ PR ਇੱਥੇ ਅਪਲਾਈ ਕਰਨੀ ਆ, ਤੁਹਾਡੇ ਕੋਲ ਇੱਕ ਜੋਬ ਹੋਣੀ ਚਾਹੀਦੀ ਆ, ਅਤੇ ਉਹ ਜੋਬ ਤੋਂ ਤੁਹਾਨੂੰ ਕਮਾਈ ਹੋਣੀ ਚਾਹੀਦੀ ਆ 2,38,000 ਤਕਰੀਬਨ, ਜਿਹੜੀ ਬਣ ਜਾਂਦੀ ਆ 2,40,000 ਕਰੋਨਾ, ਅਤੇ ਉਹ ਇਹਨਾਂ ਦੀ ਕਿਸਾਰਤਾ ਉਹ ਤੁਹਾਨੂੰ ਪੂਰੀ ਕਰਨੀ ਪੈਣੀ ਆ। ਅਤੇ ਇਹ ਸ਼ਰਤ ਪੂਰੀ ਕਰਨ ਤੋਂ ਬਾਅਦ ਤੁਸੀਂ ਪੇਪਰ ਅਪਲਾਈ ਕਰ ਸਕਦੇ ਹੋ, ਅਤੇ 3 ਤੋਂ 6 ਮਹੀਨੇ ਵਿੱਚ ਤੁਹਾਨੂੰ ਉਹਦਾ ਜਵਾਬ ਮਿਲ ਜਾਂਦਾ, ਤੁਹਾਡੇ ਪੇਪਰ ਕਲੀਅਰ ਹੋ ਜਾਂਦੇ ਆ। ਅਤੇ ਇੱਕ ਬਹੁਤ ਜ਼ਰੂਰੀ ਗੱਲ ਹੈ, ਜੋ ਤੁਸੀਂ PR ਅਪਲਾਈ ਕਰਨੀ ਆ ਤਾਂ ਤੁਹਾਡਾ ਜਿਹੜਾ ਰੈਜੀਡੈਂਸ ਕਾਰਡ ਆ ਉਹ ਵੈਲਿਡ ਹੋਣਾ ਚਾਹੀਦਾ। ਜਿਵੇਂ ਕਿ ਤੁਸੀਂ ਅੱਜ PR ਅਪਲਾਈ ਕਰਨੀ ਆ ਤਾਂ ਉਹ ਤੁਹਾਡਾ ਵੀਜ਼ਾ ਵੈਲਿਡ ਹੋਣਾ ਚਾਹੀਦਾ ਜਿੰਨਾ ਚਿਰ ਤੁਹਾਡਾ PR ਦਾ ਕੇਸ ਚੱਲਣਾ ਗਾ। ਚਲੋ ਜੀ, ਇਹ ਸੀ ਛੋਟੀ ਜਿਹੀ ਵੀਡੀਓ ਅੱਜ PR ਦੇ ਉੱਪਰ, ਨੌਰੇ ਵਿੱਚ ਕਿਸ ਤਰ੍ਹਾਂ ਤੁਸੀਂ PR ਅਪਲਾਈ ਕਰਦੇ ਆ। ਆਪਾਂ ਮਿਲਾਂਗੇ ਕਿਸੇ ਹੋਰ ਵੀਡੀਓ ਵਿੱਚ, ਤਦ ਤੱਕ ਲਈ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ।